ਆਪਾਂ ਦਬਾ ਕੇ ਕੋਈ ਵੀ ਚੀਜ਼ ਕਿਸੇ ਨੂੰ ਸਿਖਾ ਨਹੀਂ ਸਕਦੇ ਜੀ। ਤੁਸੀਂ ਇਹ ਪਹਿਲਾਂ ਵੀ ਪੁਆਇੰਟ ਹਾਇਰ ਕੀਤਾ ਸੀ ਕਿਸੇ ਨੂੰ ਦਬਦਬਾ ਬਣਾ ਕੇ ਜਾਂ ਉਹਨੂੰ ਥੋੜਾ ਝੰਜੋੜ ਕੇ ਆਪਾਂ ਨਹੀਂ ਸਿਖਾ ਸਕਦੇ ਜੀ ਕਿਸੇ ਨੂੰ ਵੀ ਪੰਜਾਬੀ। ਜਦੋਂ ਤੁਸੀਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲਾਓਗੇ, ਪੰਜਾਬੀ ਬੋਲਣ ਦੇ ਉੱਤੇ ਸਜ਼ਾ, ਉਹਨਾਂ ਦੇ ਕੰਨ ਫੜਾਉਂਗੇ ਜਾਂ ਉਹਨਾਂ ਨੂੰ ਜੁਰਮਾਨਾ ਲਾਓਗੇ। ਮੈਂ ਆਪਦੀ ਭਾਣ ਜੀ ਨੂੰ ਪਾਰਕ ਲੈ ਕੇ ਜਾਂਦਾ ਜੀ, ਉੱਥੇ ਉਹਦੇ ਗੋਰੇ ਬੱਚੇ ਉਹਨੂੰ ਚੀਨਨ ਬੱਚੇ ਸਾਰੇ ਮਿਲਦੇ, ਉਹਨੂੰ ਹਾਏ ਕਹਿੰਦੀ ਆ, ਪਰ ਜਦੋਂ ਕਿ ਪੰਜਾਬੀ ਵੇਖਦੀ ਆ ਸਤਿ ਸ਼੍ਰੀ ਅਕਾਲ ਕਹਿੰਦੀ ਆ। ਉਹਦੇ ਆਪਣੇ ਆਪ ਦਿਲ ਵਿੱਚੋਂ ਨਿਕਲਦਾ, ਅਸੀਂ ਥੋੜਾ ਉਹਨੂੰ ਸਿਖਾਇਆ ਕਿ ਤੂੰ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ। ਮੇਰੇ ਕਹਿਣ ਦਾ ਮਤਲਬ ਇਹ ਸੀ, ਗੁਰਦਾਸ ਮਾਨ ਦੇ ਵੀ ਕਹਿਣ ਦਾ ਜਾਂ ਕਿਸੇ ਵੀ ਹੋਰ ਕਹਿਣ ਦਾ ਮਤਲਬ ਉਹਨਾਂ ਦਾ ਇਹ ਸੀਗਾ ਕਿ ਇੰਡੀਆ ਦੇ ਵਿੱਚ ਜੇ 70-80% ਲੋਕਾਂ ਨੂੰ ਇੱਕੋ ਭਾਸ਼ਾ ਆਉਂਦੀ ਹੋਊਗੀ ਤਾਂ ਉਹਨਾਂ ਨੂੰ ਇੱਧਰ ਉੱਧਰ ਜਾ ਕੇ ਕਮਿਊਨੀਕੇਸ਼ਨ ਕਰਨਾ ਬਹੁਤ ਆਸਾਨ ਹੋ ਜਾਊਗਾ। ਭਾਰਤ ਦੇ ਵਿੱਚ ਹੀ ਅੰਡੇਮਾਨ ਨਿਕੋਬਾਰ ਦੀ ਇੱਕ ਬੋਲੀ ਅਲੋਪ ਹੋਈ ਆ 2010 ਦੇ ਵਿੱਚ। You are listening to The Harchinder Gill Show, Rams Punjabi, only on 1350 AM. Ishtihar hai, tab bapar hai. Apna business promote karan li sampark karo. 647-400-88-BAR, 647-400-6862, G Media Group. Next call, ਸਾਡੇ ਨਾਲ ਸੰਦੀਪ ਹੋਰੀ ਨੇ, ਮੇਰੇ ਖਿਆਲ ਕੱਲ ਵੀ ਇਹਨਾਂ ਨੇ ਗੱਲ ਕੀਤੀ ਸੀ। ਸੰਦੀਪ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਭਾਜੀ, ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਕਿ ਤੁਸੀਂ ਫਿਰ ਇਹ ਟੌਪਿਕ ਲਿਆਂਦਾ। ਹਾਂਜੀ, ਤੇ ਮੈਂ ਮੀਨ ਟਾਈਮ ਨਾਲ ਹੀ ਬੇਨਤੀ ਕਰਦਾ, ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕੱਲ ਕਾਲ ਕੀਤੀ ਸੀ ਤੇ ਜਿਹਦੇ ਤੇ ਤੁਸੀਂ ਥੋੜਾ ਕਮੈਂਟ ਕੀਤਾ ਸੀ, ਔਰ ਮੈਂ ਜ਼ਰੂਰ ਚਾਹਾਂਗਾ ਅਗਰ ਹਰਪ੍ਰੀਤ ਹੋਰੀ ਵੀ ਸੁਣ ਰਹੇ ਆ ਤਾਂ ਉਹ ਵੀ ਆਪਣੀ ਗੱਲ ਅਗਰ ਰੱਖਣੀ ਚਾਹੁਣ ਤਾਂ ਆਪਾਂ ਉਹਨਾਂ ਨੂੰ ਵੀ ਨਾਲ ਔਨ ਏਅਰ ਕਰਾਂਗੇ। ਤੇ ਬਾਕੀ ਦੇ ਕਾਲਜ ਵੀ ਇਸ ਵੇਲੇ ਇੱਕ ਲਾਈਨ ਸਾਡੀ ਖਾਲੀ ਹੈ, 905-601-1350। ਜੀ ਸੰਦੀਪ ਵੀਰੇ। ਭਾਜੀ ਪੁਆਇੰਟ ਨਾ ਬਹੁਤ ਆ ਜੀ ਇਸ ਚੀਜ਼ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹ ਆਪਾਂ ਸਾਰਿਆਂ ਨੂੰ ਕਵਰ ਨਹੀਂ ਕਰ ਸਕਦੇ, ਪਰ ਮੈਂ ਪਹਿਲੀ ਗੱਲ ਤੁਹਾਨੂੰ ਇੱਥੋਂ ਸਟਾਰਟ ਕਰਨਾ ਚਾਹੁੰਦਾ ਕਿ ਜਿਹੜੀ ਵੀ ਚੀਜ਼ ਵੱਡੀ ਹੁੰਦੀ ਹੈ ਨਾ, ਛੋਟੀ ਚੀਜ਼ ਨੂੰ ਵੱਡੀ ਤੋਂ ਖਤਰਾ ਹੁੰਦਾ। ਆਪਣੀ ਪੰਜਾਬੀ ਲੈਂਗੁਏਜ ਛੋਟੀ ਹੈ, ਕਿਤੇ ਨਾ ਕਿਤੇ ਇਹਨੂੰ ਖਤਰਾ ਹੈਗਾ, ਪਰ ਉਹ ਇਹ ਕੁਐਸਚਨ ਇਹ ਕਿੱਥੇ ਆ ਖਤਰਾ? ਪੰਜਾਬ ਵਿੱਚ ਕੋਈ ਖਤਰਾ ਨਹੀਂ ਜੀ, ਨਾ ਉੱਥੇ ਕਦੇ ਖਤਮ ਹੋਣ ਲੱਗੇ ਨਾ ਹੋ ਸਕਦੀ ਹੈ ਜੀ, ਠੀਕ ਹੈ। ਖਤਰਾ ਜੇ ਆਪਾਂ ਕੈਨੇਡਾ ਦੇ ਵਿੱਚ ਕਹਿੰਦੇ ਹਾਂ, ਪਿਛਲੇ 25-30 ਸਾਲਾਂ ਤੋਂ ਮੈਂ ਸੁਣਦਾ ਕਈ ਰੇਡੀਓ ਸਟੇਸ਼ਨ ਹੋ ਰਹੇ ਆ ਉਹ ਹਜੇ ਵੀ ਪੰਜਾਬੀ ਚ ਹੋ ਰਹੇ ਆ, ਉਦੋਂ ਵੀ ਪੰਜਾਬੀ ਚ ਹੋ ਰਹੇ ਸੀ ਜੀ। ਤੁਸੀਂ ਆਪਦੇ ਪੂਰੇ ਐਫਰਟਸ ਪਾ ਰਹੇ ਹੋ ਪੰਜਾਬੀ ਸਾਨੂੰ ਸਿਖਾਉਣ ਲਈ, ਤੇ ਸਾਨੂੰ ਨਵੇਂ ਨਵੇਂ ਵਰਡ ਵੀ ਸਿੱਖਦੇ ਆ, ਸਾਡੇ ਬੱਚੇ ਵੀ ਸੁਣਦੇ ਆ, ਅਸੀਂ ਵੀ ਸੁਣਦੇ ਹਾਂ ਜੀ। ਮੈਨੂੰ ਨੀ ਲੱਗਦਾ, ਮੈਂ ਕਿਤੇ ਨਾ ਕਿਤੇ ਇਹ ਚੀਜ਼ ਨਾਲ ਐਗਰੀ ਨਹੀਂ ਜਿਹੜੇ ਤੁਸੀਂ ਕੁਐਸਚਨ ਪੁੱਛਿਆ ਸੀਗਾ ਕਿ ਆਪਾਂ ਨੂੰ ਇੰਗਲਿਸ਼ ਦੇ ਵਰਡ ਬੋਲਣੇ ਚਾਹੀਦੇ ਕਿ ਨਹੀਂ ਬੋਲਣੇ ਚਾਹੀਦੇ। ਉਹਦਾ ਮੈਂ ਆਂਸਰ ਇਹ ਦੇਣਾ ਚਾਹੁੰਦਾ ਵਿਦ ਡਿਊ ਰਿਸਪੈਕਟ, ਭਾਜੀ ਨੇ ਕਿਹਾ ਸੀ ਕਿ 427 ਬੌਂਡ ਤੇ ਸਾਊਥ ਪੈਸਿਫਿਕ ਹੋ ਗਿਆ, ਬਿਲਕੁਲ ਜੀ। ਉਹ ਦੱਖਣ ਕਿਹਾ ਉਹਨਾਂ ਨੇ ਜੀ, ਉਹਨਾਂ ਨੇ ਕਿਹਾ 427 ਦੱਖਣ, ਨਹੀਂ ਕਿਹਾ 427 ਕੋਈ ਸਮਝ। ਹਾਂ, ਕਿਉਂ ਨਹੀਂ? ਮੈਂ ਦੁਬਾਰਾ ਇੱਕ ਬੇਨਤੀ ਕਰਦਾ, ਦੇਖੋ ਸੰਦੀਪ ਹੋਰਾਂ ਦੀ ਗੱਲ ਨੂੰ ਵੀ ਔਰ ਮੇਰੀ ਨੂੰ ਵੀ, ਮੈਂ ਵੀ ਇਹੀ ਗੱਲ ਕਹੀ ਸੀ, ਅਸੀਂ ਕੋਈ ਕਿੰਤੂ ਆਪਾਂ ਕਿੰਤੂ ਕਰਨ ਲਈ ਨਹੀਂ। ਹਾਂ, ਮੈਂ ਵੀ ਇਹੀ ਜਵਾਬ ਦਿੱਤਾ ਸੀਗਾ, ਬਿਲਕੁਲ ਸੋਰੀ। ਹਾਂਜੀ, ਗੋ ਅਹੈਡ। ਨਹੀਂ, ਮੈਂ 15 ਵਰਡ ਬੋਲ ਗਿਆ ਜੀ, ਮੈਂ ਵਰਡ ਬੋਲ ਰਿਹਾ, ਸ਼ਬਦ ਅਸੀਂ ਬੋਲਦੇ ਹਾਂ, ਰੋਜ਼ ਬੋਲਦੇ ਹਾਂ ਸਰ, ਬਿਲਕੁਲ ਬਿਲਕੁਲ ਆਪਣਾ। ਆਪਾਂ ਦੂਜੀ ਗੱਲ, ਆਪਾਂ ਦਬਾ ਕੇ ਕੋਈ ਵੀ ਚੀਜ਼ ਕਿਸੇ ਨੂੰ ਸਿਖਾ ਨਹੀਂ ਸਕਦੇ ਜੀ। ਤੁਸੀਂ ਇਹ ਪਹਿਲਾਂ ਵੀ ਪੁਆਇੰਟ ਹਾਇਰ ਕੀਤਾ ਸੀ ਕਿਸੇ ਨੂੰ ਦਬਦਬਾ ਬਣਾ ਕੇ ਜਾਂ ਉਹਨੂੰ ਥੋੜਾ ਝੰਜੋੜ ਕੇ ਆਪਾਂ ਨਹੀਂ ਸਿਖਾ ਸਕਦੇ ਜੀ ਕਿਸੇ ਨੂੰ ਵੀ ਪੰਜਾਬੀ, ਪਰ ਠੀਕ ਹੈ, ਸਿਖਾਉਣੀ ਚਾਹੀਦੀ ਆ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਮੈਂ ਪੁਆਇੰਟ ਉਹ ਫੇਰ ਰੇਜ਼ ਕਰਨਾ ਚਾਹੁੰਦਾ ਕਿ ਆਪਾਂ ਨੂੰ ਘਰੇ ਬੋਲਣੀ ਚਾਹੀਦੀ ਆ, ਆਪਾਂ ਨੂੰ ਆਪਦੇ ਜਿੱਥੇ ਆਪਣੀਆਂ ਰੂਟਸ ਪੇਰੈਂਟਸ ਆ, ਆਪਣੇ ਦਾਦਾ ਦਾਦੀ ਨਾਨਾ ਨਾਨੀ, ਉਹਨਾਂ ਨਾਲ ਗੱਲ ਕਰਾਉਣੀ ਚਾਹੀਦੀ ਆਪਣੇ ਬੱਚਿਆਂ ਦੀ, ਉਹ ਆਪਣੇ ਆਪ ਸਿੱਖਣਗੇ। ਮੈਂ ਆਪਦੀ ਭਾਣ ਜੀ ਨੂੰ ਪਾਰਕ ਲੈ ਕੇ ਜਾਂਦਾ ਜੀ, ਉੱਥੇ ਉਹਦੇ ਗੋਰੇ ਬੱਚੇ ਉਹਨੂੰ ਚੀਨਨ ਬੱਚੇ ਸਾਰੇ ਮਿਲਦੇ, ਉਹਨੂੰ ਹਾਏ ਕਹਿੰਦੀ ਆ, ਪਰ ਜਦੋਂ ਕਿ ਪੰਜਾਬੀ ਵੇਖਦੀ ਆ ਸਤਿ ਸ਼੍ਰੀ ਅਕਾਲ ਕਹਿੰਦੀ ਆ, ਉਹਦੇ ਆਪਣੇ ਆਪ ਦਿਲ ਵਿੱਚੋਂ ਨਿਕਲਦਾ, ਅਸੀਂ ਥੋੜਾ ਉਹਨੂੰ ਸਿਖਾਇਆ ਕਿ ਤੂੰ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ। ਉਹ ਦੇਖਦੀ ਆ, ਉਹ ਆਪਣੇ ਆਪ ਬੋਲਦੀ ਹੈ ਜੀ। ਜਦੋਂ ਵੀ ਆਪਣੇ ਦੋ ਪੰਜਾਬੀ ਕਮਿਊਨੀਕੇਟ ਕਰਦੇ ਹੋ, ਪੰਜਾਬੀ ਜੀ ਕਰਨਗੇ ਤੇ ਕਰਨਾ ਵੀ ਚਾਹੀਦਾ। ਜਦੋਂ ਆਪਾਂ ਕਿਤੇ ਟਿਮ ਤੇ ਮੈਕਡੀ ਦੇ ਅੰਦਰ ਜਾ ਕੇ ਆਰਡਰ ਦਿੰਦੇ ਹਾਂ, ਉੱਥੇ ਆਪਾਂ ਨੂੰ ਸਤਿ ਸ਼੍ਰੀ ਅਕਾਲ ਜਾਂ ਹੈਲੋ ਦੀ ਥਾਂ ਤੇ ਆਪਾਂ ਨੂੰ ਪੰਜਾਬੀ ਵਰਡਸ ਯੂਜ਼ ਕਰਨੇ ਚਾਹੀਦੇ। ਉਹਦੇ ਨਾਲ ਆਪਾਂ ਕਮਿਊਨੀਕੇਸ਼ਨ ਵਧਾ ਸਕਦੇ ਆਪਣੇ ਬੱਚੇ ਨਾਲ, ਉਹ ਸਿੱਖਣਗੇ। ਪਰ ਜੇ ਆਪਾਂ ਕਹੀਏ ਆਪਾਂ ਧੱਕੇ ਨਾ ਬੱਚਿਆਂ ਨੂੰ ਪੰਜਾਬੀ, ਨਹੀਂ ਸਿਖਾ ਸਕਦੇ। ਸੰਨੀ ਬਾਈ, ਤੁਸੀਂ ਹੋਲਡ ਰੱਖਿਓ, ਤੇ ਹਰਪ੍ਰੀਤ ਬਾਈ ਹੋਰਾਂ ਦੀ ਵੀ ਕਾਲ ਆ ਗਈ ਹੈ, ਤੇ ਮੈਂ ਇੱਕ ਬੇਨਤੀ ਫਿਰ ਕਰਦਾ। ਕੋਈ ਇਹਨੂੰ ਇਹ ਨਹੀਂ ਕਿ ਅਸੀਂ ਕੋਈ ਬਹਿਸ ਕਰਨ ਲਈ ਤੁਹਾਡੀਆਂ ਦੋਨਾਂ ਦੀਆਂ ਕਾਲਜ ਮੈਂ ਇਕੱਠੀਆਂ ਲੈ ਰਿਹਾ। ਮੇਰਾ ਮਕਸਦ ਹੈ ਕਿ ਹਰਪ੍ਰੀਤ ਵੀਰੇ ਹੋਰਾਂ ਨੇ ਵੀ ਬਹੁਤ ਵੈਲਿਡ ਪੁਆਇੰਟ ਰੱਖੇ ਸੀ, ਤੁਸੀਂ ਵੀ ਬਹੁਤ ਵੈਲਿਡ ਪੁਆਇੰਟ ਰੱਖੇ ਸੀ, ਔਰ ਇਹ ਦੋ ਵੈਲਿਡ ਪੁਆਇੰਟਸ ਜਿਹੜੇ ਸੀ ਜਿੱਥੇ ਤੁਸੀਂ ਥੋੜ੍ਹਾ ਜਿਹਾ ਡਿਫਰ ਕੀਤਾ ਸੀ ਹਰਪ੍ਰੀਤ ਹੋਰਾਂ ਦੀ ਗੱਲ ਨਾਲ,
ਉਹ ਵਿਚਾਰਧਾਰਕ ਤੌਰ ਦੇ ਉੱਤੇ ਤੁਹਾਡੀ ਗੱਲ ਨੂੰ ਸੁਣਨ ਵਾਲੇ ਅਤੇ ਤੁਹਾਡੀ ਗੱਲ ਨੂੰ ਮੰਨਣ ਵਾਲੇ ਵੀ ਸਾਡੇ ਬਹੁਤ ਸਾਰੇ ਸਰੋਤੇ ਹੋਣੇ ਆ ਅਤੇ ਸੇਮ ਤਰੀਕੇ ਦੇ ਨਾਲ ਹਰਪ੍ਰੀਤ ਬਾਈ ਹੋਰਾਂ ਦੀ ਕਹੀ ਹੋਈ ਗੱਲ ਜਿੱਥੇ ਖਾਸ ਤੌਰ 'ਤੇ ਤੁਸੀਂ ਕਿੰਤੂ ਕੀਤੀ ਸੀ ਕਿ ਗੁਰਦਾਸ ਮਾਨ ਵਾਲੀ ਐਗਜ਼ਾਮਪਲ ਦੇ ਉੱਪਰ। ਹਰਜਿੰਦਰ ਭਾਜੀ ਮੈਂ ਉਹਦੇ 'ਤੇ ਥੋੜ੍ਹਾ ਜਿਹਾ ਇੱਕ ਉਹਦੇ ਦੋ ਲਾਈਨਾਂ ਬੋਲ ਸਕਦਾ ਉਹ ਚੀਜ਼ ਅੱਜ ਮੈਂ ਕਵਰ ਅਪ ਨਹੀਂ ਕੀਤਾ। ਮੈਂ ਨਾ ਕੱਲ ਘਰੇ ਜਾ ਕੇ ਉਹਨਾਂ ਨੇ ਕੱਲ ਚਾਈਨਾ ਤੇ ਜਾਪਾਨ ਦੀ ਐਗਜ਼ਾਮਪਲ ਦਿੱਤੀ ਸੀ ਹੈ ਨਾ, ਉਦਾਹਰਨ ਦਿੱਤੀ ਸੀ। ਮੈਂ ਘਰੇ ਜਾ ਕੇ ਉਹ ਤੇ ਥੋੜੀ ਜਿਹੀ ਰਿਸਰਚ ਕੀਤੀ, ਵੈਸੇ ਮੈਨੂੰ ਨੀ ਪਤਾ ਤੁਸੀਂ ਅੱਜ ਟੋਪਿਕ ਲਿਆਉਣਾ। ਮੈਂ ਦੇਖਿਆ ਚਾਈਨਾ ਦੇ ਵਿੱਚ 70% ਲੋਕ ਮੈਂਡਰਿਨ ਬੋਲਦੇ ਆ, ਠੀਕ ਹੈ ਜੀ। ਜਾਪਾਨ ਦੇ ਵਿੱਚ 70-75% ਲੋਕ ਇੱਕੋ ਹੀ ਭਾਸ਼ਾ ਬੋਲਦੇ ਆ, ਜੈਪਨੀਜ਼, ਠੀਕ ਹੈ ਜੀ। ਮੇਰੇ ਕਹਿਣ ਦਾ ਮਤਲਬ ਇਹ ਸੀ, ਗੁਰਦਾਸ ਮਾਨ ਦੇ ਵੀ ਕਹਿਣ ਦਾ ਜਾਂ ਕਿਸੇ ਵੀ ਹੋਰ ਕਹਿਣ ਦਾ ਮਤਲਬ ਉਹਨਾਂ ਦਾ ਇਹ ਸੀਗਾ ਕਿ ਇੰਡੀਆ ਦੇ ਵਿੱਚ ਜੇ 70-80% ਲੋਕਾਂ ਨੂੰ ਇੱਕੋ ਭਾਸ਼ਾ ਆਉਂਦੀ ਹੋਊਗੀ ਤਾਂ ਉਹਨਾਂ ਨੂੰ ਇੱਧਰ ਉੱਧਰ ਜਾ ਕੇ ਕਮਿਊਨੀਕੇਸ਼ਨ ਕਰਨਾ ਬਹੁਤ ਆਸਾਨ ਹੋ ਜਾਊਗਾ। ਜਿਹੜੇ ਬੰਦੇ ਉਹਨਾਂ ਨੇ ਇੱਕ ਹੋਰ ਵੀ ਕੱਲ ਤੁਹਾਡੇ ਕਾਲਰ ਨੇ ਰੇਜ਼ ਕੀਤਾ ਸੀ ਪੁਆਇੰਟ ਕਿ ਜਿਹੜੇ ਬੰਦੇ ਨੇ ਰਹਿਣਾ ਹੀ ਪੰਜਾਬ ਦੇ ਵਿੱਚ ਆ, ਬਾਹਰ ਹੀ ਨਹੀਂ ਜਾਣਾ, ਉਹਨਾਂ ਨੇ ਕੀ ਕਰਨੀ ਆ, ਤੇ ਉਹਨਾਂ ਨੂੰ ਭਾਜੀ ਕੋਈ ਫੋਰਸ ਵੀ ਨਹੀਂ ਕਰਦਾ ਪਿਆ। ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਨੂੰ ਧੱਕੇ ਨਾਲ ਹਿੰਦੀ ਸਿਖਾਈ ਜਾ ਰਹੀ ਆ। ਇੰਗਲਿਸ਼ ਜ਼ਰੂਰ, ਪਰ ਉੱਥੇ ਪੰਜਾਬੀ ਸਕੂਲ ਵੀ ਹੈਗੇ ਜਿੱਥੇ ਪੰਜਾਬੀ ਵਿੱਚ ਹੀ ਪੇਪਰ ਹੁੰਦੇ, ਉੱਥੇ ਉਹ ਆਪਦੇ ਬੱਚਿਆਂ ਨੂੰ ਲਾ ਸਕਦੇ, ਕਿਸੇ ਨਾਲ ਕੋਈ ਧੱਕਾ ਨਹੀਂ ਗਾ ਜੀ। ਆਪਾਂ ਨੂੰ ਕੋਈ ਗਵਰਨਮੈਂਟ ਧੱਕਾ ਕਰਦੀ ਕਿ ਤੁਸੀਂ ਇਹਨਾਂ ਨੂੰ ਇੰਗਲਿਸ਼ ਸਕੂਲਾਂ ਵਿੱਚ ਹੀ ਪੜ੍ਹਾਓ, ਕੋਈ ਨਹੀਂ ਕਰ ਰਿਹਾ। ਬਸ ਇਹੀ ਮੈਂ ਥੋੜ੍ਹਾ ਜਿਹਾ ਪੁਆਇੰਟ ਕਵਰ ਅਪ ਕਰਨਾ। ਠੀਕ ਹੈ, ਆਪਣੇ ਬਾਕੀ ਕਾਲਰਸ ਨੂੰ ਮੈਂ ਬੇਨਤੀ ਕਰਦਾ ਤੁਸੀਂ ਥੋੜ੍ਹੀ ਦੇਰ ਲਈ, ਤਿੰਨ ਕਾਲਾਂ ਸਾਡੀਆਂ ਹੋਲਡ 'ਤੇ ਆ, ਕੁਲਦੀਪ ਆਂਟੀ ਹੋਰੀ, ਹੈਪੀ ਮਾਂਗੜ ਸਾਹਿਬ ਅਤੇ 1-58-42 ਨੰਬਰ, ਤੁਸੀਂ ਥੋੜ੍ਹੀ ਦੇਰ ਲਈ ਹੋਲਡ ਕਰ ਲਿਓ। ਮੇਰੇ ਨਾਲ ਹਰਪ੍ਰੀਤ ਵੀ ਰਵੀ ਨਾਲ ਆ ਫੋਨ ਦੇ ਉੱਤੇ। ਹਰਪ੍ਰੀਤ ਜੀ, ਤੁਸੀਂ ਆਉਂਦੇ ਰਹੋ, ਤੁਹਾਡਾ ਬਹੁਤ ਬਹੁਤ ਸਵਾਗਤ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ, ਔਰ ਸੰਦੀਪ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਭਾਜੀ ਨੇ ਨਾ ਇਹ ਕਿਹਾ ਸੀਗਾ, ਪਹਿਲੀ ਗੱਲ ਤਾਂ ਉਹਨਾਂ ਦੇ ਨਾਲ ਮੈਂ 100% ਇਸ ਗੱਲ ਦੇ ਉੱਤੇ ਸਹਿਮਤ ਆ ਵੀ ਜਿਹੜਾ ਇਹ ਵਿਸ਼ਾ ਆ ਇਹ ਇੰਨਾ ਕੁ ਵਿਸ਼ਾਲ ਆ ਵੀ ਇਹਦੇ ਘੇਰੇ ਦੇ ਵਿੱਚ 1 ਘੰਟੇ ਦਾ ਜਾਂ 2 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਇਹਦਾ ਘੇਰਾ ਜਿਹੜਾ ਹੈਗਾ ਪੂਰਾ ਹੋਣਾ ਨਹੀਂ ਹੈਗਾ। ਬੜੇ ਵੱਖਰੇ ਵੱਖਰੇ ਪੱਧਰ ਦੇ ਉੱਤੇ ਇਹਦੇ ਤੇ ਗੱਲ ਚਲਾਉਣ ਦੀ ਲੋੜ ਆ ਜਾਂ ਚੱਲਣ ਦੀ ਲੋੜ ਆ, ਤੇ ਉਹਦੇ ਲਈ ਉਹਦੇ ਚ ਵੱਖਰੇ ਵੱਖਰੇ ਪਹਿਲੂ ਆਊਗੇ। ਹੁਣ ਇਹਨਾਂ ਨੇ ਮੇਰਾ ਇਹਨਾਂ ਦੇ ਨਾਲ ਬੁਨਿਆਦੀ ਤੌਰ ਦੇ ਉੱਤੇ ਵਖਰੇਵਾ ਸਿਰਫ ਇਸ ਗੱਲ ਦਾ ਆ ਜਿਹੜਾ ਇਹ ਕਹਿੰਦੇ ਨੇ, ਇਹਨਾਂ ਨੇ ਕਿਹਾ ਵੀ ਕੋਈ ਬੋਲੀ ਜਿਹੜੀ ਹੈਗੀ ਖਤਮ ਹੋ ਨਹੀਂ ਸਕਦੀ। ਮੈਂ ਹੁਣ ਇਹ ਕਹਿਣਾ ਚਾਹੁੰਦਾ ਵੀ ਈਵਨ ਕਿਉਂਕਿ ਭਾਰਤ ਜਿਹਨੂੰ ਅੱਜ ਕੱਲ ਕਈ ਲੋਕਾਂ ਨੇ ਹਿੰਦੁਸਤਾਨ ਬਣਾਤਾ ਜਾਂ ਬਹੁਤੇ ਲੋਕਾਂ ਨੇ ਹਿੰਦੁਸਤਾਨ ਬਣਾਤਾ, ਮੈਂ ਗੱਲ ਭਾਰਤ ਦੀ ਕਰਦਾ। ਭਾਰਤ ਦੇ ਵਿੱਚ ਕੋਈ 350-350 ਦੇ ਗਰੀਬ ਬੋਲੀਆਂ ਸੀ। ਭਾਰਤ ਦੇ ਵਿੱਚ ਹੀ ਅੰਡੇਮਾਨ ਨਿਕੋਬਾਰ ਦੀ ਇੱਕ ਬੋਲੀ ਅਲੋਪ ਹੋਈ ਆ 2010 ਦੇ ਵਿੱਚ। ਉਸ ਬੋਲੀ ਦਾ ਨਾਂ ਸੀ ਬੋ, ਤੇ ਜਿਹੜਾ ਉਹਦਾ ਅਖੀਰਲਾ ਬੰਦਾ ਬੋਲਣ ਵਾਲਾ ਸੀਗਾ ਉਸ ਔਰਤ ਦਾ ਨਾਂ ਸੀਗਾ ਬੋਆ। ਔਰ ਉਹ ਭਾਸ਼ਾ ਆਪਣਾ ਹਰਜਿੰਦਰ ਭਾਜੀ ਇੰਨੀ ਕੁ ਅਮੀਰ ਸੀ ਵੀ ਜਿਹਦੇ ਵਿੱਚ ਰਿਸ਼ਤਿਆਂ ਨੂੰ ਬਹੁਤ ਵੱਡੀ ਬਹੁਤ ਗੂੜੀ ਜਿਹੜੀ ਜਗ੍ਹਾ ਦਿੱਤੀ ਗਈ ਸੀ। ਹੁਣ ਜਿੱਦਾਂ ਸਾਡੀਆਂ ਭਾਸ਼ਾਵਾਂ ਦੇ ਵਿੱਚ ਇਹ ਹੁੰਦਾ ਵੀ ਜਿਹਨਾਂ ਬੱਚਿਆਂ ਦੇ ਮਾਂ ਪਿਓ ਨਹੀਂ ਹੈਗੇ ਉਹਨਾਂ ਬੱਚਿਆਂ ਨੂੰ ਅਸੀਂ ਕੀ ਕਹਿੰਦੇ, ਜਿੱਦਾਂ ਅਨਾਥ ਕਹਿੰਦੇ ਹਾਂ, ਹੈ ਨਾ। ਜਿਹੜੀ ਮਾਂ ਦੇ ਬੱਚਾ ਪੈਦਾ ਨਹੀਂ ਹੁੰਦਾ ਉਹਨੂੰ ਮਾਂ ਨੂੰ ਅਸੀਂ ਕੀ ਕਹਿੰਦੇ ਹਾਂ। ਔਰ ਉਸ ਭਾਸ਼ਾ ਦੀ ਅਮੀਰੀ ਤੁਸੀਂ ਇਹ ਦੇਖ ਲਓ ਵੀ ਇਹ ਸੀਗੀ ਕਿ ਜਿਸ ਭੈਣ ਦਾ ਕੋਈ ਭਰਾ ਨਹੀਂ ਉਸ ਭੈਣ ਨੂੰ ਕੀ ਕਹੋਗੇ, ਜਿਸ ਭਰਾ ਦੀ ਕੋਈ ਭੈਣ ਨਹੀਂ ਉਸ ਭਰਾ ਨੂੰ ਕੀ ਕਹੋਗੇ, ਇਹ ਤੋਂ ਵੀ ਅੱਗੇ ਜਾ ਕੇ ਜਿਸ ਭਰਾ ਦੀ ਭੈਣ ਮਰ ਜਾਂਦੀ ਆ ਉਸ ਭਰਾ ਨੂੰ ਕੀ ਕਹੋਗੇ, ਤੇ ਜਿਸ ਭੈਣ ਦੀ ਭਰਾ ਮਰ ਜਾਂਦਾ ਉਹਨੂੰ ਕੀ ਕਹੋਗੇ। ਪਰ ਉਹ ਅਲੋਪ ਹੋਈ, ਕਿਉਂ ਹੋਈ ਅਲੋਪ? ਇਹ ਇਹਨਾਂ ਚੀਜ਼ਾਂ ਕਰਕੇ ਇਹ ਵੀਰ ਜੀ ਇਹ ਕਹਿ ਰਹੇ ਨੇ ਵੀ ਸਾਨੂੰ ਉੱਥੇ ਕੋਈ ਨਹੀਂ ਰੋਕਦਾ। ਬਿਲਕੁਲ ਉੱਥੇ ਰੋਕਿਆ ਜਾ ਰਿਹਾ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲਾਓਗੇ, ਪੰਜਾਬੀ ਬੋਲਣ ਦੇ ਉੱਤੇ ਸਜ਼ਾ, ਉਹਨਾਂ ਦੇ ਕੰਨ ਫੜਾਉਂਗੇ ਜਾਂ ਉਹਨਾਂ ਨੂੰ ਜੁਰਮਾਨਾ ਲਾਓਗੇ, ਤੇ ਇਹਦਾ ਮਤਲਬ ਇਹ ਆ ਵੀ ਬੱਚੇ ਦੀ ਮਾਨਸਿਕਤਾ ਦੇ ਉੱਤੇ ਜਿਹੜੀ ਬਿਲਕੁਲ ਕੋਰੀ ਸਲੇਟ ਵਰਗੀ ਆ ਉਸ ਫੱਟੀ ਦੇ ਉੱਤੇ ਤੁਸੀਂ ਇੱਕ ਲਿਖ ਰਹੇ ਹੋ ਵੀ ਜੇ ਤੁਸੀਂ ਆਪਣੀ ਮਾਂ ਬੋਲੀ ਦੇ ਵਿੱਚ ਕੋਈ ਗੱਲ ਕਰੋਗੇ ਤੇ ਇਹਦਾ ਮਤਲਬ ਜਾਂ ਤੁਸੀਂ ਉਜਾਟ ਹੋ ਤੇ ਜਾਂ ਤੁਸੀਂ ਕੋਈ ਜ਼ੁਰਮ ਕਰ ਰਹੇ ਹੋ। ਮੈਂ ਇਹ ਕਹਿੰਦਾ ਵੀ ਇਹ ਬਹੁਤ ਮਾੜੀ ਗੱਲ ਆ। ਹੁਣ ਇਹ ਕਹਿੰਦੇ ਨੇ ਕਿ ਕੋਈ ਰੋਕ ਨਹੀਂ ਰਿਹਾ ਸਰਕਾਰਾਂ ਜਿਹੜਾ ਹੈਗਾ ਆ ਵੀ ਤੁਸੀਂ ਦੂਸਰੇ ਸਕੂਲ ਚ ਚਲੇ ਜਾਓ, ਸਰਕਾਰੀ ਸਕੂਲ। ਹੁਣ ਸਭ ਨੂੰ ਪਤਾ ਵੀ ਸਰਕਾਰੀ ਸਕੂਲਾਂ ਦੇ ਹਾਲ ਕੀ ਨੇ, ਸਭ ਨੂੰ ਪਤਾ ਨਾ ਇਹ ਕਿ ਸਰਕਾਰੀ ਸਕੂਲਾਂ ਦੇ ਹਾਲ ਕੀ ਨੇ। ਉਹਨਾਂ ਸਕੂਲਾਂ ਦੇ ਵਿੱਚ ਤਾਂ ਜਿਹੜੇ ਉੱਥੇ ਅਧਿਆਪਕ ਪੜ੍ਹਾਉਂਦੇ ਨੇ ਉਹ ਵੀ ਨਹੀਂ, ਵੈਸੇ ਤਾਂ ਅਧਿਆਪਕਾਂ ਦੀ ਨਫ਼ਰੀ ਜਿਹੜੀ ਹੈਗੀ ਆ 1975 ਤੋਂ ਬਾਅਦ ਘਟਣੀ ਸ਼ੁਰੂ ਹੋ ਗਈ ਆ।
मतलब कि 80 में 90 हूँ मैं अपनी गल करदा है तां मैं दिंदा क्योंकि मैं भी इसे माशरे दा मैं भी इसे समाज दा एक हिस्सा हाँ मैं कोई कला नहीं हैगा मेरे वर्गे लखां करोड़ां होणगे जिहड़े बिल्कुल मेरे वर्गियां जिहड़ियां स्थितियां परिस्थितियां चों गुजरे होणगे असीं दुक्की तिक्की वाले स्कूल च पढ़े हाँ साडे टाइम दे साडे समें दे उत्ते भी उस समय भी मॉडल स्कूल होंदे सीगे पर असी सरकारी स्कूलों दे विच पढ़े जिन्हां दी पंजवीं तक जिहड़ी फीस सीगी उह जां 2 पैसे सी जां 3 पैसे सीगे असी दुखियां तिक्कियां भी देखियां पर मैं इह कहिंदा कि साडे परिवार दे विचों मेरी भैण जिहड़ी हैगी आ उहने IIT दिल्ली तों PhD कीती आ MTech ते PhD उहने उत्थों कीती आ मेरे ब्रदर ने टैक्सटाइल इंजीनियरिंग कीती आ ते मैं जिहड़ी हैगी आ एग्रीकल्चर दी मैं अपने आप नूं कोई मतलब कि यह नहीं मैं कहता कि मैं बहुत वधिया एक विद्यार्थी सीगा मैं जा बहुत हुशियार सीगा पर मैं भी कीती आ मैनू भी अंग्रेजी बोलन लग्या एग्जैजरेशन जो मैं बोलना सीगा ते मैनू पता भी मैनू किन्नी तरद्दद करनी पई है ठीक है हुण जो मैं फलॉक्सी नॉक्सी निहिलिपिलिफिकेशन बोलदा ते मैनू कोई बहुता ज्यादा और एडा वड्डा अखर उहनू मैं उहदा मैं अखर जोड़ भी बना सकदा उहदे मैनू मायनियां दा भी पता ते उहनां नूं किस तरीके नाल बोलना उह भी मैनू आउंदा सो बोली जिहड़ी हैगी आ जिवें असीं सारे जाणे इस गल दे उत्ते सहमत आ कि जिहड़ी बोली आ ਉਹ ਇੱਕ ਆਰਟ ਆ ਇੱਕ ਗੁਣ ਆ ਔਰ ਉਹ ਜਦੋਂ ਵੀ ਇਹ ਵੀ ਕਿਹਾ ਜਾਂਦਾ ਅੱਜ ਦੇ ਸਾਇੰਸ ਦੇ ਜਾਂ ਅੱਜ ਦੇ ਵਿਗਿਆਨ ਦੇ ਭਾਸ਼ਾ ਵਿਗਿਆਨ ਦੇ ਮੁਤਾਬਕ ਇਹ ਵੀ ਕਿਹਾ ਜਾਂਦਾ ਵੀ 6 ਸਾਲ ਤੱਕ ਦਾ ਬੱਚਾ 6 ਬੋਲੀਆਂ ਨੂੰ ਬਹੁਤ ਹੀ ਸਿੱਖ ਸਕਦਾ ਮੇਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਂ ਇੱਥੇ ਆਪਣੀ ਗੱਲ ਰੱਖਣੀ ਚਾਹੁੰਦਾ ਉਹ ਇਹੀ ਆ ਵੀ ਜਿਹੜੇ ਤਾਂ ਬੰਦਿਆਂ ਨੂੰ ਜਿਹੜੇ ਆਪ ਬੰਦੇ ਕਹਿੰਦੇ ਨੇ ਹੁਣ ਚਾਹੇ ਮੁਨਸ਼ੀ ਪ੍ਰੇਮ ਚੰਦ ਸੀਗਾ ਉਹਨੂੰ ਕਿਸੇ ਨੇ ਇਹ ਥੋੜੀ ਕਿਹਾ ਵੀ ਤੂੰ ਹਿੰਦੀ ਚ ਕਿਉਂ ਲਿਖ ਰਿਹਾ ਕਿਸੇ ਨੇ ਨੀ ਕਿਹਾ ਪੰਜਾਬ ਦੇ ਵਿੱਚ ਸੀਗਾ ਕਿਸੇ ਨੇ ਨੀ ਕਿਹਾ ਉਹਨਾਂ ਨੂੰ ਵੀ ਤੂੰ ਹਿੰਦੀ ਚ ਕਿਉਂ ਲਿਖ ਰਿਹਾ ਪਰ ਗੱਲ ਉੱਥੇ ਇਹ ਆ ਵੀ ਇਹ ਇਕੱਲੀ ਪੰਜਾਬ ਦੇ ਉੱਤੇ ਨੀ ਇਹ ਉਹਨਾਂ 22-23 ਬੋਲੀਆਂ ਦੇ ਵਿੱਚੋਂ ਇੱਕ ਬੋਲੀ ਪੰਜਾਬੀ ਆ ਔਰ ਉਹਨਾਂ 22-23 ਬੋਲੀਆਂ ਦੇ ਵਿੱਚੋਂ ਹੀ ਇੱਕ ਬੋਲੀ ਹਿੰਦੀ ਆ ਜਿਹੜੀ ਭਾਰਤ ਦੇ ਸੰਵਿਧਾਨ ਨੇ ਇਹ ਗੱਲ ਮੰਨੀ ਹੋਈ ਆ ਵੀ ਇਹ ਮੁੱਖ ਬੋਲੀਆਂ ਨੇ ਹੁਣ ਵੀਰ ਜੀ ਇਹ ਕਹਿ ਰਹੇ ਨੇ ਵੀ ਕੋਈ ਖਤਰਾ ਨੀ ਮੈਂ ਸਿਰਫ ਇੱਕ ਉਦਾਹਰਣ ਦੇ ਕੇ ਗੱਲ ਮੈਂ ਉਹਨਾਂ ਦੇ ਵੱਲ ਉਹ ਲੈ ਕੇ ਜਾਊਂਗਾ ਵੀ ਜੇ ਉਹ ਕੋਈ ਇਸ ਗੱਲ ਦੇ ਉੱਤੇ ਆਪਣੀ ਗੱਲ ਕਹਿਣੀ ਚਾਹੁੰਦੇ ਨੇ ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਇਹ ਕੋਈ ਅਸੀਂ ਨੂਰਾ ਕੁਸ਼ਤੀ ਨੀ ਹੈਗੀ ਵੀ ਮੈਂ ਬਹਿਸ ਨੀ ਹੈਗੀ ਹੈ ਨਾ ਤੁਸੀਂ ਆਪਣਾ ਵਧੀਆ ਤੁਸੀਂ ਆਪਣੀ ਗੱਲ ਰੱਖੀ ਆ ਤੇ ਮੈਂ ਵੀ ਉਸੇ ਗੱਲ ਦੇ ਉੱਤੇ ਆਪਣੀ ਗੱਲ ਰੱਖ ਰਿਹਾ ਹੁਣ ਜਦੋਂ 1947 ਦੇ ਵਿੱਚ ਮੈਨੂੰ ਨੀ ਪਤਾ ਵੀ ਸਾਡੇ ਲੋਕਾਂ ਨੂੰ ਇਹ ਪਤਾ ਹੋਊਗਾ ਵੀ 70% ਦੇ ਕਰੀਬ ਲੋਕ ਜਿਹੜੇ ਸੀਗੇ ਦਿੱਲੀ ਦੇ ਵਿੱਚ ਪੰਜਾਬੀ ਬੋਲਦੇ ਸੀਗੇ 70% ਦੇ ਕਰੀਬ ਹੁਣ ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ ਮੇਰੇ ਖਿਆਲ ਗੁਰਨਾਮ ਸਿੰਘ ਤੀਰ ਸੀਗੇ ਜਦੋਂ ਉਹ ਪ੍ਰਿਥਵੀ ਰਾਜ ਕਪੂਰ ਜਿਹੜੇ ਸੀਗੇ ਉਹ ਉਹਨਾਂ ਨੇ ਦਿੱਲੀ ਤੋਂ ਫਿਰ ਆਉਣਾ ਸੀਗਾ ਤੇ ਉਹਨਾਂ ਦੀ ਕਹਾਣੀ ਸੀਗੀ ਇੱਕ ਮੈਂ ਹੋ ਸਕਦਾ ਵੀ ਇਹਦੇ ਚ ਮੈਂ ਐਕਟਰ ਦਾ ਜਿਹੜੇ ਉਹਨਾਂ ਦਾ ਨਾਮ ਹੈ ਸ਼ਾਇਦ ਕੋਈ ਹੋਰ ਸੀਗਾ ਮੈਂ ਸ਼ਾਇਦ ਉਹ ਗਲਤ ਲੈ ਰਿਹਾ ਪਰ ਉਹਨਾਂ ਦਾ ਇੱਕ ਸਿਰਲੇਖ ਸੀਗਾ ਕਿ ਪੰਜਾਬ ਆ ਗਿਆ ਮਤਲਬ ਕਿ ਉਹ ਉਹਨਾਂ ਨੂੰ ਦਿੱਲੀ ਤੋਂ ਪੰਜਾਬ ਲੈਣ ਆਏ ਸੀਗੇ 1966 ਦੀ ਗੱਲ ਆ ਇਹ ਜਦੋਂ ਪੰਜਾਬੀ ਸੂਬਾ ਬਣਿਆ ਸੀਗਾ 70% ਦੇ ਕਰੀਬ ਜਿਹੜੇ ਲੋਕ ਪੰਜਾਬੀ ਬੋਲਦੇ ਸੀ ਪੰਜਾਬੀ ਲਿਖਦੇ ਸੀਗੇ ਤੇ ਪੰਜਾਬੀ ਜਾਣਦੇ ਸੀਗੇ ਅੱਜ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਹਾਲਾਤ ਦੇਖੋ ਵੀ ਪੰਜਾਬੀ ਕਿੰਨੇ ਲੋਕ ਬੋਲਦੇ ਨੇ ਇਹ ਕਹਿ ਕੇ ਵੀ ਨਹੀਂ ਬੋਲੀ ਇੱਕ ਹੋਣੀ ਚਾਹੀਦੀ ਆ ਅਸੀਂ ਉਹ ਜਿਹੜੀ ਵਿਭਿੰਨਤਾ ਹੈਗੀ ਆ ਉਹ ਜਿਹੜੀਆਂ ਅਸੀਂ ਉਹ ਵਖਰੇਵਾਂ ਆ ਉਹਦਾ ਨਾਸ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਕੁਦਰਤ ਦਾ ਨਿਯਮ ਆ ਇਹ ਕੁਦਰਤ ਦਾ ਕਾਨੂੰਨ ਆ ਅਦਰਵਾਈਜ਼ ਨਹੀਂ ਤਾਂ ਇਹ ਹੋਣਾ ਸੀਗਾ ਵੀ ਜੇ ਸਿਰਫ ਇੱਕ ਅੱਧੀ ਬੋਲੀ ਦੇ ਨਾਲ ਹੀ ਸਾਰਾ ਸੰਸਾਰ ਚੱਲਣਾ ਹੁੰਦਾ ਤੇ ਭਾਸ਼ਾ ਵਿਗਿਆਨ ਦੇ ਮੁਤਾਬਕ ਸਿਰਫ 3 ਬੋਲੀਆਂ ਕਲਾਸੀਕਲ ਸੀਗੀਆਂ ਇੱਕ ਸੰਸਕ੍ਰਿਤ ਇੱਕ ਗ੍ਰੀਕ ਤੇ ਇੱਕ ਲੈਟਿਨ ਤੇ ਉਹਨਾਂ ਤੋਂ 7000 ਬੋਲੀਆਂ ਬਣਦੀਆਂ ਨੇ ਇਹਦਾ ਮਤਲਬ ਕੀ ਆ ਕਿ ਜੇਕਰ ਲੋੜ ਸੀਗੀ ਇੰਨੇ ਵਖਰੇਵੇਂ ਦੀ ਤਾਂ ਹੀ ਬੋਲੀਆਂ 7000 ਬਣੀਆਂ ਔਰ ਉਹਨਾਂ ਬੋਲੀਆਂ ਦੇ ਵਿੱਚ ਸਾਨੂੰ ਮਾਣ ਹੋਣਾ ਚਾਹੀਦਾ ਜਿਹੜੀ ਵੀ ਸਾਡੀ ਮਾਂ ਦੀ ਜਿਹੜੀ ਵੀ ਸਾਡੀ ਮਾਂ ਬੋਲੀ ਹੈਗੀ ਆ ਉਹਨੂੰ ਬੋਲਣ ਦੇ ਵਿੱਚ ਸਾਨੂੰ ਮਾਣ ਹੋਣਾ ਚਾਹੀਦਾ ਸਾਡਾ ਮਾਣ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਨਾਲ ਘਟਾਇਆ ਜਾ ਰਿਹਾ ਕਿ ਸਾਨੂੰ ਗੱਲ ਇਹ ਨਹੀਂ ਕਿ ਬਾਈ ਡਿਫਾਲਟ ਅਸੀਂ ਬੋਲਾਂਗੇ ਹਾਂ ਬੋਲਾਂਗੇ ਬੋਲੀ ਨੇ ਜਿਉਂਦਾ ਇਕੱਲੇ ਬੋਲਣ ਦੇ ਨਾਲ ਨਹੀਂ ਰਹਿਣਾ
बोली जिनी देर तक सिरजनी हुंदी, बोली जिनी देर तक बोली दा मान, जिनी देर तक उहदे च साहित जां इतिहास नहीं रचिया जांदा, उन्नी देर तक उहदे ते तुसीं मान पैदा नहीं कर सकते। आपां संदीप होणां दी टिप्पणी लैंदे आं, देखदे आं की कहिंदे आ, ते फिर अपने बाकी कॉलर्स ते उहनां दे नाल चलांगे। हांजी संदीप वीर। हाँ जी भाजी, पहला तो मैं इन्हों बहुत मैं चंगा लगे, इन्होंने बहुत सारे वर्ड इंग्लिश दे नहीं बोले, पंजाबी जिन्होंने ट्राई किया, मैं बहुत वधिया लग्या ये चीज़, थोड़े ये थोड़ी ट्राई बहुत वधिया लग्या जी। दूजी मैं गल ये कहना चाहना, पहली गल तो मैं दिल्ली तो स्टार्ट करना, दिल्ली की ऑफिशियल लैंग्वेज हिंदी है जी। आप किसी भी स्टेट से आपका धक्का नहीं अजमा सकते, पंजाबी की पंजाब की पंजाबी आ, हरियाणे की हरियाणवी आ, फिर हर एक स्टेट की अलग लैंग्वेज आ, ते किसी स्टेट नू कोई खतरा नहीं गा जी। ये कहिंदे स्कूलां दे विच भाजी ओ नीड आ, ओ लोड आ, अज आप इत्थे क्यों बैठे आ, जे आपां नू मैं जे प्राइवेट स्कूल CBSE स्कूल विच पढ़िया तां मैं अज इत्थे बैठा, तुसी आप ही कहता कि जे पंजाबी स्कूल च बैठे होंदे तां बहुत घट चांस आ अज दे कि आपां इत्थे पहुंच पाईए। ये आपां नू मनना पैना, एक कौड़ी सच्चाई आ उत्थों दे पंजाबी स्कूलां दी, जिहड़े उत्थों दे गवर्नमेंट स्कूल आ। प्राइवेट स्कूलों के जे वो फाइन लाते, मैं भी फाइन दे के आया जी, मैं भी बहुत फाइन भरे आ, सानू भी जुर्माना लगता सी, पर वो साडी भलाई लई सीगा, मैनू नहीं लग्या कि मेरी पंजाबी ते उसका कोई भी असर पिया, मेरा असर पिया इंग्लिश सुधरन दे विच, मेरा ये असर नहीं पिया। उन्हों आप नैगेटिव ना लेके जाइए, उन्होंने पॉजिटिव लेके जाइए, वो पॉजिटिव अपने लिए कर रहे हैं। जे आप नहीं चाहते आपी स्कूलों च पा दीए बच्चे, आप क्यों CBSE ICSE स्कूलों में पाने, वो अपने ते जोर दे, फिर उत्थे पंजाबी भी सानू पंजाबी साडे लैक्चर भी लगते सी, पंजाबी आप पढ़ भी सकते सी, सानू सारा कुछ सिखाउंदे सी, साडा कोई पंजाबी भुल्लण ते उस चीज़ का असर नहीं पाया। दूजी गल मैं ये करना चाहना भाजी, जिहड़ी कह रहे हैं कि लैंगुएज किते किते खत्म हो रही है, वह 100 दे विचों जां हजारां दे विचों एक चांस हुंदा जी, कि वह लोग जिवें हुण उर्दू घटदी जांदी है पंजाब दे विच, तां पंजाब च तां पहलां उर्दू भी बहुत बोलदे सी, जे आपां दिल्ली विच हिंदी कह रहे पंजाबी कह रहे हां, ते पंजाब दे विच उर्दू बहुत बोली जांदी सी, हुण क्यों नहीं बोली जांदी, क्योंकि हुण आपां इह कहांगे कि उह पाकिस्तान दी लैंग्वेज आ तां नहीं बोली जांदी, तां करके आपां इवें डिफरेंट डिफरेंस नहीं कर सकदे जी उस चीज़ दा। मैं सिर्फ यही कहना चाहुंदा कि जे आपां किसी नूं ना दोष देइए, आपके जवाकों नूं आप सिखाइए, वह सब तो बेस्ट इहदा आपां कह सकते हैं जी, कि उही एक बेस्ट तरीका गा, होर कोई एफर्ट नहीं। आपां किसी नूं दोष ना देइए, गवर्नमेंट नूं, किसी होर सिंगर नूं, जां किसी ने आपां दोष दे सकते, आपां आपदे आप नूं दोष देइए, ते आपदे बच्चों नूं आपां एफर्ट्स पाइए पंजाबी सिखाउण वास्ते। दूजी गल मैं फिर इस चीज़ नाल सिर्फ डिसएग्री करदा कि पंजाबी खत्म नहीं हो सकती जी। गुरु ग्रंथ साहब जी नूं आपां किसी होर लैंग्वेज थोड़ा नहीं आपां बना देंगे, तुसीं मैनूं दसो, आपां इंग्लिश थोड़ा ट्रांसलेट कर देंगे, वो पंजाबी च ही रहना, पिछले 400-500 साल तो वह पंजाबी च, अगले हजारां करोड़ां सालों में उन्होंने पंजाबी गुरमुखी विच ही रहना, तो जिहड़े उन्होंने नाल जुड़े आ उन्होंने पंजाबी पढ़ते लिखते तो उन्होंने याद उही बोलते रहना जी। बस मैं यही कह के मेरी सोच किसी भी तरीके बन सकती है, अपने आले दुआले तो बन सकती, पर जरूरी नहीं आ कि वह तथा दे आधार हो। जिवें मैं एक गल तथा दे आधार ते की सी, भी पहली गल तो यह आ भी जे उस मुल्क दे विच उस मुल्क दे संविधान की भी गल करनी होवे ते उस संविधान दे विच किते हिंदी नू जेड़ा हैगा आ ओह राष्ट्री भाषा दा कोई अहुदा जां स्थान नहीं हैगा। हुण उस चीज दे विच उस संविधान दे विच यूनिटी की गल की गई आ, ना कि यूनिफॉर्मिटी की, एकता की गल की गई आ, एक सारता की नहीं गल की गई। पहली गल इत्थे सानू इह समझनी चाहीदी आ। दूसरी गल इन्हां ने यह कहा भी असीं इत्थे आए आ आए हैं क्योंकि असीं इत्थे अंग्रेजी बोलते हैं। मैं एक साडा प्रोग्राम तुहाडा प्रोग्राम बहुत लखां लोग सुनते होणगे, उहनां दे विच मैं ये गल मैं दावे दे नाल ये कह सकदा जिद्दां मैं अपनी ये गल की है। मैं वह बंदा सीगा जिहनूं एग्जैजरेशन बोलण दे लई पता नहीं किन्नी मेहनत करनी पई जां किन्नी तकलीफ झलनी पई है, सिर्फ इस गल दे लई। मैं दुक्की वाले स्कूल च मैं वीर नूं पहलां भी कहा सीगा
मैं मेरी मेरी भैन मेरा भरा साडा परिवार दुक्की वाले स्कूल च असीं यही कहिंदे हुंदे सी दुक्की वाला स्कूल आ जां दिक्की वाला स्कूल आ असीं उहनां दे विचों पढ़े हां अज इत्थे आ के जे असीं इत्थे वधिया जीवन जी रहे हां जे इस सोसाइटी दे नाल इस समाज दे नाल असीं असीं एक सुर होने की कोशिश कर रहे हैं। देखो दो चीजा ने एक हैगी असिमिलेशन जिहड़ी उत्थे चल रही है अपना हिंदुस्तान दे विच चल रही है भी एक मंडी होवे एक बोली होवे एक सभ्याचार होवे ते एक धर्म होवे। मैं ही कह देखो जिहड़ी जिहड़ा सुहापण है ना जिहड़ा सुहापण हमेशा भिन्नता दे विच हुंदा। हुण तुसीं एक क्यारी दे विच गेंदे दे फुल ला लो सोहना नहीं लगना। गुलदस्ता की आ गुलदस्ता कोई उहदे च चमेली आ कोई उहदे च गुलाब आ कोई उहदे च कोई फुल आ कोई पत्ते पत्ते हैगे आ इस चीज दा दस्ता ना। हुण जे एक गुलदस्ते दे विच सिर्फ इको ही फुल ला दो ते की उह सोहना लगूगा। वीर ने अपने अपनी सिर्फ सोच की गल की आ भी दिल्ली की जिहड़ी बोली आ उह हिंदी आ। मैं हुण इह कहना कि हरियाणा तो पंजाब के नजदीक है ना जो मैं साजिशां की गल करदा जो ये कह रहे हैं कि कुछ साजिश नहीं हो रही। मैं ये कहना भी हरियाणे दे विच तमिल बोलने वाले किन्ने लोग ने हरियाणे की जिहड़ी दूसरी भाषा जिहड़ी हैगी आ पंजाबी की थां तमिल क्यों की गई आ। सवाल होंदे आ ना राजस्थान की जिहड़ी भाषा आ वह पंजाबी हटा के जम्मू कश्मीर की जिहड़ी भाषा आ वह पंजाबी हटा के जिहड़ियां दूसरियां भाषावां क्यों कीतियां गईयां। पंजाब दे विच पंजाब एंड सिंध बैंक दे विच सारे का सारा काम हिंदी च क्यों होना शुरू हिंदी च क्यों करना शुरू कर दिता गया आ। दूसरी गल इन्होंने कहा भी उन्होंने साडी बेहतरी दे लई और नाल दी नाल वीर ने यह भी कहता भी चीन दे विच जां जापान दे विच वो एक भाषा बोलते ने अपनी भाषा बोलते ने की उन्होंने खोजा नहीं कीतियां। अज जिहड़ा सर्च इंजन हैगा आ चीन का वह मैंडरिन दे विच है क्योंकि उत्थे हान जिहड़े लोग ने वह 90% लोग जिहड़े उत्थे हान ने उन्हां दी बोली वह तां एक कौम आ ना पर भारत तां एक कौम नहीं ना है। भारत दे विच भारत जिहड़ा हैगा आ वह एक काइंड ऑफ सब कॉन्टीनेंट आ एक उप महाद्वीप आ जिहदे विच लोकी वखरियां वखरियां नस्लां दे ने वखरियां वखरियां भाषावां दे ने वखरियां वखरियां सोचां दे ने और वखरे वखरे धर्म दे ने और उहनां नूं तुसीं साडी मैं हिंदी दे विचों मैनूं वधिया अंक मिलदे हुंदे सी हमेशा मेरे 70-80% अंक आउंदे आउंदे हुंदे सी हिंदी दे विच। अज भी मैं हिंदी गाने सुनदा अज भी मैं हिंदी फिल्मां देखदा इहदा मतलब इह थोड़ी आ वी हिंदी दे नाल मेरी नफरत आ पर मेरा विरोध हिंदी दे नाल इह आ जदों हिंदी नूं मासी भाषा बना के पेश कीता जांदा क्योंकि इह भी कोई कोई परिभाषा नहीं हैगी भी मां बोली दी तां परिभाषा है मासी बोली दी कोई परिभाषा नहीं हैगी किसे भी भाषा विज्ञान दे विच पर मैं इह कहिंदा कि जदों हिंदी नूं साडे ते थोपिया जांदा उदों मेरी जिहड़ी हैगा मेरा विरोध जिहड़ा हैगा आ उह स्पष्ट रूप दे विच प्रगट हुंदा। इह मैं कहना चाहुंदा अज मन्नीए असीं चाहे अज ना मन्नीए जिन्ने भी तत ने बड़ी इंटरेस्टिंग गलबात साथ दिता। हरप्रीत वीरे आप सुनते हैं संदीप होरी की कहते हैं। ਉਹ ਥੋਪਦੇ ਨਹੀਂ ਜੀ ਉਹ ਆਪਣੀ ਨੀਡ ਆ। ਮੈਂ ਫਿਰ ਕਹਿੰਦਾ ਆਪਾਂ ਨੂੰ ਸਮਝਣਾ ਪੈਣਾ ਕਿਉਂ। ਮੈਂ ਸਿਰਫ ਇਹਨਾਂ ਨੂੰ ਇੱਕ ਛੋਟਾ ਜਿਹਾ ਕੁਐਸਚਨ ਪੁੱਛਣਾ ਚਾਹੁੰਦਾ ਕਿ ਜੇ ਅੱਜ ਮੈਂ ਇੰਡੀਆ ਵਿੱਚ ਆਪਾਂ ਸਪੋਜ਼ ਕਰੋ ਮੈਂ ਪੰਜਾਬ ਤੋਂ ਚੇਨਈ ਜਾਂਦਾ ਜੀ ਕੰਮ ਕਰਨ ਮੈਂ ਉੱਥੇ ਪੰਜਾਬੀ ਨਹੀਂ ਬੋਲ ਸਕਦਾ। ਇਹ ਗੱਲ ਨੂੰ ਮੰਨਦੇ ਕਿ ਨਹੀਂ? ਉੱਥੇ ਆਪਾਂ ਨੂੰ ਕੀ ਸਿੱਖਣਾ ਪੈਣਾ ਜਾਂ ਹਿੰਦੀ ਜਾਂ ਇੰਗਲਿਸ਼ ਤੇ ਦੋਵੇਂ ਮਾਸੀ ਭਾਸ਼ਾ ਉੜੀਆਂ ਜੀ। ਜੇ ਆਪਾਂ ਮਾਸੀ ਭਾਸ਼ਾ ਇੱਕ ਵਰਡ ਬਣਾ ਹੀ ਦਿੱਤਾ ਚਲੋ ਤਾਂ ਉਹ ਦੋਵੇਂ ਆਪਾਂ ਨੂੰ ਜਾਂ ਤਾਂ ਇੰਗਲਿਸ਼ ਬੋਲਣੀ ਪੈਣੀ ਜਾਂ ਹਿੰਦੀ। ਇਸ ਚੀਜ਼ ਨਾਲ ਐਗਰੀ ਕਰਦੇ ਕਿ ਨਹੀਂ ਬਸ ਮੈਨੂੰ ਇਹ ਦੱਸਣ ਜੀ। ਭਾਜੀ ਤੁਸੀਂ ਕਰਦੇ ਹੋ ਕਿ ਨਹੀਂ? ਜੀ ਹਾਂ ਵੀਰ ਜੀ ਵੀਰ ਜੀ ਬਿਲਕੁਲ ਮੈਂ ਬਹੁਤ ਕਰਦੇ ਹੋ ਇਹ ਕਿਉਂਕਿ ਇਹ ਨਹੀਂ ਮੈਂ ਹਾਂ ਦੇ ਨਾਂ ਦੇ ਵਿੱਚ ਨਹੀਂ ਹੋਣੀ ਪਰ ਮੈਂ ਪਾਰਟਲੀ ਐਗਰੀ ਕਰਦਾ ਪਾਰਟਲੀ ਜਿਹੜਾ ਡਿਸਐਗਰੀ ਕਰਦਾ ਉਸ ਚੀਜ਼ ਤੋਂ। ਔਰ ਸਰਕਾਰ ਸਾਹਿਬ ਮੈਂ ਤੁਹਾਡੇ ਤੋਂ ਵੀਰੇ ਹਾਂਜੀ ਸੁਨੇਰੀਓ ਦੇ ਨਾਲ ਸਮੁੱਚਤਾ ਦੇ ਨਾਲ
ਉਹਦੀ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਅਸੀਂ ਕਿਤੇ ਨਾ ਕਿਤੇ ਜਿਹੜੇ ਅਸੀਂ ਬੁਨਿਆਦੀ ਬਿੰਦੂ ਦੇ ਉੱਤੇ ਗੱਲ ਕਰ ਰਹੇ ਹੁੰਦੇ ਹਾਂ ਉਹਦੇ ਤੋਂ ਪਰਾਂ ਹਟ ਜਾਂਦੇ ਹਾਂ। ਮੈਂ ਇਹ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਅੱਜ 2,77,00,000 ਦੀ ਆਬਾਦੀ ਆ, 2,77,00,000 ਦੀ ਆਬਾਦੀ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਕੇਰਲਾ ਗਏ ਹੋਣੇ, ਜਿਹੜੇ ਮੱਧ, ਮੈਂ ਕੱਲ ਪਰਸੋਂ ਵੀ ਇਹ ਗੱਲ ਕੀਤੀ ਸੀਗੀ, ਉਹ ਬਹੁਤ ਫ੍ਰੈਕਸ਼ਨਸ ਆਫ ਪਰਸੈਂਟ ਦੇ ਲੋਕ ਜਿਹੜੇ ਨੇ ਉੱਧਰ ਗਏ ਹੋਣੇ ਆ, ਜ਼ਿਆਦਾਤਰ ਤਾਂ ਲੋਕ ਸਾਡੇ ਇੱਧਰ ਆ ਰਹੇ ਨੇ। ਫਿਰ ਬਿਹਤਰ ਤਾਂ ਫਿਰ ਤਾਂ ਮਾਸੀ ਬੋਲੀ ਸਾਡੀ ਅੰਗਰੇਜ਼ੀ ਚਾਹੀਦੀ ਆ ਨਾ। ਜਿਹੜੇ ਬੰਦੇ ਨੇ ਇੰਡੀਆ ਰਹਿਣਾ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ, ਜਿਹੜੇ ਬੰਦੇ ਨੇ ਪੰਜਾਬ ਤੋਂ ਬਾਹਰ ਜਾਣਾ ਹੀ ਨੀ ਗਾ ਉਹਨੂੰ ਨਹੀਂ ਵੀ ਲੋੜ, ਉਹ ਗਲਤ ਆ ਜੇ ਉਹਦੇ ਤੇ ਥੋਪੀ ਜਾਂਦੀ ਆ। ਪਰ ਜਿਹੜੇ ਬੰਦੇ ਨੇ ਆਈਟੀ ਸੈਕਟਰ ਵਿੱਚ ਜਾਣਾ ਮੇਨਲੀ, ਕਿਉਂਕਿ ਮੇਰੇ ਬਹੁਤ ਸਾਰੇ ਫਰੈਂਡ ਦਿੱਲੀ ਜਾਂ ਚੇਨਈ ਜਾਂ ਬੰਗਲੌਰ ਜਾਂਦੇ ਆ, ਉਹਨਾਂ ਨੂੰ ਹਿੰਦੀ ਸਿੱਖਣੀ ਬਹੁਤ ਜ਼ਰੂਰੀ ਆ। ਜਿਹੜੇ ਬੰਦੇ ਨੇ ਬਾਹਰ ਆਉਣਾ ਉਹਦੇ ਲਈ ਇੰਗਲਿਸ਼ ਸਿੱਖਣੀ ਬਹੁਤ ਜ਼ਰੂਰੀ ਆ। ਪਰ ਮੈਂ ਕਦੇ ਨਹੀਂ ਕਹਿੰਦਾ ਕਿ ਪੰਜਾਬੀ ਨੂੰ ਭੁੱਲਣਾ ਚਾਹੀਦਾ, ਮੈਨੂੰ ਪੰਜਾਬੀ ਵੀ ਆਉਂਦੀ ਹੈ ਜੀ, ਮੈਂ ਪੰਜਾਬੀ ਵੀ ਬੋਲ ਸਕਦਾ, ਮੈਂ ਹਿੰਦੀ ਮੇ ਵੀ ਬਾਤ ਕਰ ਸਕਦਾ ਹੂੰ, ਆਈ ਕੈਨ ਸਪੀਕ ਇੰਗਲਿਸ਼। ਮੈਂ ਤਿੰਨੇ ਲੈਂਗੁਏਜਾਂ ਸਿੱਖੀਆਂ ਕਿਉਂਕਿ ਉਹ ਮੇਰੀ ਨੀਡ ਸੀ, ਕਿਉਂਕਿ ਮੈਂ ਆਪਦਾ ਭਾਰ, ਮੈਂ ਇੰਡੀਆ ਵੀ ਘੁੰਮ ਕੇ ਆਇਆ ਜੀ, ਜਦੋਂ ਮੈਂ ਸਾਊਥ ਵਿੱਚ ਗਿਆ ਮੈਨੂੰ ਹਿੰਦੀ ਬੋਲਣੀ ਪਈ, ਅੱਜ ਮੈਂ ਇੱਥੇ ਆਇਆ ਮੈਨੂੰ ਇੰਗਲਿਸ਼ ਬੋਲਣੀ ਪੈ ਰਹੀ ਆ, ਮੈਂ ਕੱਲ ਨੂੰ ਪੰਜਾਬ ਜਾਊਂਗਾ ਮੈਨੂੰ ਪੰਜਾਬੀ। ਇਹਦੇ ਵਿੱਚ ਆਪਾਂ ਨੂੰ ਕਿਸੇ ਨਾਲ ਨਫ਼ਰਤ, ਜੈਲਸ ਜਾਂ ਉਹ ਨਹੀਂ ਕਹਿ ਰਹੇ, ਇਹ ਆਪਣੀ ਲੋੜ ਆ ਭਾਜੀ। ਮੈਂ ਸਿਰਫ ਇਹ ਕਹਿਣਾ, ਕੱਲ ਨੂੰ ਮੈਂ ਜੇ ਚੇਨਈ ਹਨਾ ਕਿਤੇ ਚੀਨ ਘੁੰਮਣ ਜਾਣਾ ਜੇ ਜਪਾਨ, ਹੋ ਸਕਦਾ ਮੈਨੂੰ ਉੱਥੋਂ ਦੀ ਵੀ ਥੋੜੀ ਮੋਟੀ ਲੈਂਗੁਏਜ ਆਉਣੀ ਚਾਹੀਦੀ ਆ, ਤਾਂ ਹੀ ਮੈਂ ਉਹਨਾਂ ਨਾਲ ਹਾਏ ਹੈਲੋ ਕਰ ਸਕੂਗਾ। ਬਿਕੋਜ਼ ਇੰਗਲਿਸ਼ ਆਪਾਂ ਨੂੰ ਸਿੱਖਣੀ ਪੈਣੀ ਆ ਬਾਕੀ ਕੰਟਰੀਜ਼ ਲਈ ਜੀ, ਬਸ ਇਹੀ ਚੀਜ਼ ਆ। ਜਿਵੇਂ ਪੂਰੇ ਵਰਲਡ ਵਿੱਚ ਉਹ ਇੰਗਲਿਸ਼ ਨੂੰ ਅੱਗੇ ਲਿਆ ਰਹੇ ਆ, ਉਹ ਕਿਉਂ ਲਿਆ ਰਹੇ ਆ, ਮੈਂ ਲਾਸਟ ਕਮੈਂਟ ਆਪਦਾ ਐਡ ਕਰਨਾ ਚਾਹੁੰਦਾ, ਇੰਡੀਆ ਵਿੱਚ ਹਿੰਦੀ ਕਿਉਂ ਅੱਗੇ ਲਿਆ ਰਹੇ ਆ, ਕਿਉਂਕਿ ਭਾਜੀ ਉੱਥੇ 60% ਲੋਕਾਂ ਨੂੰ ਹਿੰਦੀ ਆਉਂਦੀ ਆ ਹਰੇਕ ਸਟੇਟ ਵਿੱਚ, ਤਾਂ ਕਰਕੇ ਉਹ ਕਹਿ ਰਹੇ ਕਿ ਤੁਸੀਂ, ਮੈਂ ਇਹ ਨੀ, ਮੈਂ ਕੋਈ ਭਾਜੀ ਤੁਸੀਂ ਇਹ ਨਾ ਸਮਝ ਲਓ ਮੈਂ ਕੋਈ ਤੁਸੀਂ ਐਂਟੀ ਜਾਂ ਕੁਝ, ਮੇਰਾ ਨਾਮ ਸੁਦੀਪ ਸਿੰਘ ਆ ਭਾਜੀ, ਮੈਂ ਸਿਰਫ ਮੇਰੇ ਵਿਚਾਰ ਡਿਫਰੈਂਟ ਆ, ਇਸ ਲਈ ਕਿਉਂਕਿ ਮੈਂ ਉਹ ਥਿਊਰੀ ਨੂੰ ਸਮਝ ਰਿਹਾ ਕਿ ਉਹ ਤਾਂ ਲਿਆ ਰਹੇ ਆ। ਮੈਂ ਨੈਗੇਟਿਵ ਨਹੀਂ ਲੈ ਰਿਹਾ, ਉਹ ਪੋਜ਼ਿਟਿਵ ਲੈ ਰਿਹਾ, ਕਿਉਂਕਿ ਜੇ ਆਪਾਂ ਸਾਊਥ ਵਿੱਚ ਜਾਣਾ, ਨੌਰਥ ਵਿੱਚ ਜਾਣਾ, ਈਸਟ ਵਿੱਚ ਜਾਣਾ ਜਾਂ ਵੈਸਟ ਵਿੱਚ ਜਾਣਾ, ਤਾਂ ਆਪਾਂ ਹਿੰਦੀ ਵਿੱਚ ਕਮਿਊਨੀਕੇਟ ਕਰ ਸਕੀਏ। ਪੰਜਾਬੀ ਉਹਨਾਂ ਨੂੰ ਸਿੱਖਣੀ ਔਖੀ ਆ, ਉਹਨਾਂ ਨੂੰ ਵੀ ਪਹਿਲਾਂ ਹੀ ਹਿੰਦੀ ਆਉਂਦੀ, ਜਿਵੇਂ ਆਪਾਂ ਨੂੰ ਥੋੜੀ ਮੋਟੀ ਹਿੰਦੀ ਆਉਂਦੀ ਆ। ਠੀਕ ਹੈ ਠੀਕ ਹੈ, ਆਪਾਂ ਹੁਣ ਮੈਂ ਤੁਹਾਡੀਆਂ ਦੋਨਾਂ ਦੀਆਂ ਕਾਲਸ ਜਿਹੜੀਆਂ ਬਸ ਇਸੇ ਨੋਟ ਤੇ ਡ੍ਰੌਪ ਕਰ ਦਿੰਦਾ। ਹਾਂਜੀ ਹਾਂਜੀ, ਆਪਾਂ ਹਰਪ੍ਰੀਤ ਹਰਪ੍ਰੀਤ ਦਾ ਲਾਸਟ ਕਮੈਂਟ ਲੈ ਲੈਂਦੇ ਹਾਂ ਤੇ ਤੁਹਾਡੀ ਦੋਨਾਂ ਦੀਆਂ ਫਿਰ ਲਾਈਨ ਮੈਂ ਡ੍ਰੌਪ ਕਰਦਾ। ਜੀ ਹਰਪ੍ਰੀਤ, ਬਹੁਤ ਬਰੀਫ ਰੱਖਿਓ। ਹਾਂਜੀ ਵੀ ਜੀ ਬਿਲਕੁਲ, ਦੇਖੋ ਇਹ ਇੱਕ, ਮੈਂ ਫੇਰ ਇਹ ਕਹਿਣਾ ਕਿ ਥੋੜੇ ਜਿਹੇ ਮਿੰਟਾਂ ਦੇ ਵਿੱਚ ਸਮੇਟਣੀ ਗੱਲ ਪੋਸੀਬਲ ਜਾਂ ਸੰਭਵ ਹੈ ਹੀ ਨਹੀਂ। ਜਿਹੜੀ ਸੋਚ ਮੇਰੀ ਬਣ ਗਈ ਆ ਉਹ ਮੇਰੀ ਬਣ ਗਈ ਆ, ਜਿਹੜੀ ਸੋਚ ਸੰਦੀਪ ਸਿੰਘ ਦੀ ਬਣ ਗਈ ਆ ਉਹ ਉਹਨਾਂ ਦੀ ਸੋਚ ਪੱਕੀ ਹੋ ਚੁੱਕੀ ਆ। ਇੰਨੇ ਕੁ ਵਿਚਾਰ ਵਟਾਂਦਰੇ ਨਾਲ ਅਸੀਂ, ਹੋ ਸਕਦਾ ਕਿ ਬਹੁਤ ਸਾਰੇ ਪਹਿਲੂ ਜਾਂ ਇਹ ਵੀ ਹੋ ਸਕਦਾ ਕਿਉਂਕਿ ਰੇਡੀਓ ਦਾ ਸਮਾਂ ਜਿਹੜਾ ਹੈਗਾ ਉਹ ਵੀ ਕੀਮਤੀ ਆ, ਤੁਹਾਡੇ ਕੋਲ ਹੋਰ ਜਿਹੜੇ ਸਰੋਤੇ ਨੇ ਉਹ ਵੀ ਲਾਈਨਾਂ ਦੇ ਉੱਤੇ ਹੈਗੇ ਨੇ, ਪਰ ਮੈਂ ਇਹ ਅਜੇ ਵੀ ਇਹ ਮੈਂ ਕਹਿੰਦਾ ਕਿ ਅਸੀਂ ਐਕਸੈਪਸ਼ਨ ਨੂੰ ਸਿਨੇਰੀਓ ਨਹੀਂ ਬਣਾ ਕੇ ਦੇਖੀਏ। ਹਾਂ, ਜਿਹੜੀਆਂ ਜੇ ਕੋਈ ਗਵਰਨੈਂਸ ਬਣਦੀ ਆ, ਜੇ ਕੋਈ ਪ੍ਰਸ਼ਾਸਨ ਬਣਦਾ ਆ ਜਿਹਦੇ ਵਿੱਚ ਕਈ ਚੀਜ਼ਾਂ ਦੀ ਜਿਹੜੀ ਆ ਤੁਹਾਨੂੰ ਇਮਿਊਨਿਟੀ ਦਿੱਤੀ ਜਾਂਦੀ ਆ ਔਰ ਕਈ ਚੀਜ਼ਾਂ ਦੀ ਦੇ ਤੁਹਾਡੇ ਹੱਕ ਰਾਖਵੇਂ ਰੱਖੇ ਜਾਂਦੇ ਨੇ, ਉਹਨਾਂ ਦਾ ਮਤਲਬ ਹੈ ਔਰ ਉਹ ਇਹਨਾਂ ਦੇਸ਼ਾਂ ਦੇ ਵਿੱਚ ਵੀ ਉਹ ਹੱਕ ਰਾਖਵੇਂ ਉਹਨਾਂ ਲੋਕਾਂ ਦੇ ਰੱਖੇ ਗਏ ਨੇ ਜਿਹੜੇ ਕਿ ਇਸ ਧਰਤੀ ਦੇ ਅਸਲ ਵਾਰਸ ਨੇ ਜਾਂ ਜਿਹੜੇ ਅਸਲ ਮਾਲਕ ਨੇ, ਉਹਨਾਂ ਨੂੰ ਵੀ ਕੁਛ ਇੱਕ ਖਿੱਤੇ ਇਹੋ ਜਿਹੇ। ਅੱਗੇ ਨਹੀਂ ਮੈਂ ਇਹ ਜਾਣਾ ਚਾਹੁੰਦਾ ਵੀ ਉਹਨਾਂ ਦੇ ਹਾਲਾਤ ਕੀ ਨੇ, ਉਹ ਗੱਲ ਵੱਖਰੀ ਹੋ ਗਈ ਆ, ਪਰ ਮੈਂ ਇਹ ਕਹਿ ਰਿਹਾ ਵੀ ਇੱਕ ਸੋਚ ਤਾਂ ਹੈ ਨਾ ਕਿ ਤੁਹਾਨੂੰ ਜਿਹੜੀ ਹੈਗੀ ਆ ਤੁਹਾਡੀ ਆਪਣੀ ਪਛਾਣ ਜਿਹੜੀ ਹੈਗੀ ਆ ਉਹ ਕਾਇਮ ਰੱਖਣ ਦੇ ਲਈ ਆਪਣਾ ਚਾਰਾਜੋਈ ਜਿਹੜੀ ਹੈਗੀ ਕਰਨੀ ਚਾਹੀਦੀ ਆ। ਮੇਰਾ ਇਹ ਕਹਿਣਾ ਆ ਕਿ ਪੰਜਾਬ ਦੇ ਵਿੱਚ ਨੀ, ਬਹੁਤ ਸਾਰੇ ਜਿਹੜੇ ਹੋਰ ਵੀ ਸੂਬੇ ਨੇ, ਮੈਂ ਮਲਿਆਲਮ, ਮੈਂ ਕੇਰਲਾ ਗਿਆ ਸੀਗਾ ਤੇ ਉੱਥੇ ਹਿੰਦੀ ਨਹੀਂ ਸੀ ਬੋਲਦੇ, ਵੀਰ ਜੀ ਕਹਿ ਰਹੇ ਨੇ ਕਿ ਉੱਥੇ ਹਿੰਦੀ ਬੋਲਦੇ ਨੇ, ਐਨੀ ਉਹ ਹੁਣ ਬਹਿਸ ਨਹੀਂ ਕਰਨਾ ਚਾਹੁੰਦਾ ਕੰਮ ਆਪਾਂ ਨਾ ਜੀ। ਦੇਖੋ ਮੈਂ ਦੁਬਾਰਾ ਫਿਰ ਇਹੀ ਬੇਨਤੀ ਕਰਦੇ ਹੋਏ ਕਿ ਜਿਹੜੀ ਵਿਚਾਰਧਾਰਾ ਹਰਪ੍ਰੀਤ ਹੋਰਾਂ ਨੇ ਰੱਖੀ ਹੈ, ਇਸ ਵਿਚਾਰਧਾਰਾ ਨੂੰ ਸੁਣਨ ਵਾਲੇ ਸਾਡੇ ਬਹੁਤ ਹੋਣਗੇ, ਇਹਨੂੰ ਮੰਨਣ ਵਾਲੇ। ਜਿਹੜੀ ਗੱਲ ਸੰਦੀਪ ਸਿੰਘ ਹੋਰਾਂ ਨੇ ਰੱਖੀ ਹੈ ਉਹਦੀ ਵੀ ਹਾਮੀ ਭਰਨ ਵਾਲਿਆਂ ਦੀ ਕਮੀ ਨਹੀਂ ਹੋਣੀ।
असी गल करते हैं जदों जदों इस तरह की डिस्कशन चलती है जदों इस तरह के टॉपिक्स टच किए जाते हैं जिवें तुसीं भी गल की कि इहनूं अज असी इक्को गलबात जां एक टॉक शो च बिल्कुल भी समेटिया ही नहीं जा सकता पर गल ये है कि सर जदों इस तरह की गल तुरदी है तो असी एक कपैसिटी डिवेलप करते हैं अपनी एक दूजे की कि असी एक दूजे के विचारों सुनीए किंतु परंतु ना करिए असी एक दूजे के उपर कई बार असी इन्ना ज़्यादा मैं देखिया चाहे साढ़े रेडियो शोज़ होण या होर गल्लां बातां होण कि असी एक इन्ना भावुक हो के एक दूजे का विरोध करने लिए खड़ जाईदा सो वो विरोध जिहड़ा जिथे मैं एग्जाम्पल दोबारा लैके आना हो सकता मेरी गल नूं फिर किसी नूं लगे हो सकता हरप्रीत होरी भी मेरी गल नाल सहमत ना होण गुरदास मान वाली जिहड़ी एग्जाम्पल ली गई है सर मैं 100% उस वेले गुरदास मान दे नाल सहमत नहीं हाँ कि जिहड़ी भाषा जिस तरीके दे नाल उहने वरती है पर जे असी सिर्फ और सिर्फ गुरदास मान नूं इस करके सूली ते टंगणा है कि उन्हें मासी भाषा वर्ड वरत्या तो मैनू थोड़ा जिहा डिफरेंट ओपीनियन लैना पैना अपना मैं थोड़ा जिहा डिफरेंट रखा डिफरेंस रखागा मैं थोड़ा जिहा वक्खरे विचार रखागा कि असी उत्थे कई बारी जल्दबाजी कर जाने जदों इस तरह का किसी के लिए एक टैग लगाना होया सो इन्ना क मेरे मेरे वालों भी यही अपने विचार ने कि असी ठीक है ओपननैस रखिए थोड़ी जिही एक एक्सैप्टेंस रखिए असी थोड़ा जिहा इन्ना क जिदा हुण तुहाडियां गल्लां बातों के दोनों च बहुत वजन है हर गल आपो अपनी जगह के उपर फिट बैठती हो सकती है पर जरूरी नहीं है कि जे असी कह दीए कि असी सारयां नूं इक्को रस्से बनना है इक्को खाके दे विच फिट करना है फिर वो बड़ी मुश्किल वाली गल हो जानी है सो इस नोट ते मैं तुहाडा दोनों वीरां दा बहुत धन्नवाद करदा बहुत बहुत तुहाडा थैंक यू अपना कोई किसे नाल नहीं जी बहुत वधिया लग्गिया मैं हरप्रीत भाजी नाल बहुत चीजां नाल सहमत भी हां जी गल नहीं विद ड्यू रिस्पेक्ट डिसएग्री भी जी मैं बहुत वधिया लग्गिया थैंक यू मैं ना तुहाडे तुहाडे आने वाले दिनां च आपां दोने तिने जणे कोशिश करांगे ऑफ द ईयर भी गल करांगे और इस टॉपिक नूं अगे चलदा रखांगे आपां जरूर बहुत शुक्रिया जी थैंक यू दोस्तों मैं बाकी कॉलर्स जो होल्ड से उन्होंने लाइन्स हूं मैं ऑन एयर लैंना मैं माफी भी चाहना मैं थोड़ा जा मैं जो समा दे दो मैं दो तीन स्पॉन्सर्स अपने सांझे कर दें तो फिर अपनी अगली कॉल्स से चलते हैं You are listening to The Harchinder Gill Show Runs Punjabi Only on 1350 AM इश्तिहार है तो व्यापार है अपना बिजनेस प्रमोट करने लिए संपर्क करो 647-400-6862 जी मीडिया ग्रुप फॉर ऑल आवर लेटेस्ट अपडेट्स प्लीज सब्सक्राइब जी मीडिया ग्रुप यूट्यूब चैनल एंड प्रेस द बेल आइकन